ਬੇਜਕ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਰੇਲ ਗੱਡੀਆਂ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਸੱਚ ਤਾਂ ਇਹ ਹੈ ਕਿ ਰੋਟੀ ਬਾਣੀ ਦੀ ਕਮੀ ਦੇ ਚਲਦਿਆਂ ਵੱਡੀ ਗਿਣਤੀ ਮਜ਼ਦੂਰ ਪੈਦਲ ਹੀ ਤੋਰਨ ਲਈ ਮਜਬੂਰ ਨੇ ਅਜੇ ਵਿੱਚ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ ਪਰ ਹਰਿਆਣਾ ਦੇ ਜਮਨਾ ਨਗਰ ਦੇ ਵਿੱਚ ਜੋ ਖਬਰ ਸਾਹਮਣੇ ਆਈ ਹੈ ਉਸ ਤੋਂ ਸਾਫ਼ ਹੈ ਕਿ ਦੇਸ਼ ਦੀ ਸਰਕਾਰ ਸਹੂਲਤਾਂ ਦੇਣ ਦੀ ਬਜਾਏ ਲਾਠੀ ਚਾਰਜ ਕਰ ਰਹੀ ਹੈ ਇਹ ਦ੍ਰਿਸ਼ ਜਮਨਾ ਨਗਰ ਦੇ ਨੇ ਜਿੱਥੇ ਪੁਲਿਸ ਵੱਲੋਂ ਮਜ਼ਦੂਰਾਂ ਤੇ ਅਨਾ ਲਾਠੀ ਚਾਰਜ ਕੀਤਾ ਗਿਆ ਹੈ ਇਸ ਲਾਠੀ ਚਾਰਜ ਤੋਂ ਬਚਣ ਲਈ ਮਜ਼ਦੂਰ ਆਪਣੀਆਂ ਸਾਈਕਲਾਂ ਅਤੇ ਹੋਰ ਸਮਾਨ ਸਭ ਕੁਝ ਉੱਥੇ ਹੀ ਛੱਡ ਭੱਜਣ ਲਈ ਮਜਬੂਰ ਹੋ ਗਏ ਮਜ਼ਦੂਰਾਂ ਨੇ ਖੇਤਾਂ ਵਿੱਚ ਭੱਜ ਕੇ ਆਪਣੀ ਜਾਨ ਬਚਾਈ ਮਜ਼ਦੂਰਾਂ ਨੇ ਹਰੋਂਦੇ ਹੋਏ ਕਿਹਾ ਕਿ ਉਹਨਾਂ ਦੀ ਕੋਈ ਵੀ ਜ਼ਾਰ ਨਹੀਂ ਲੈ ਰਿਹਾ ਹੈ